ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਜੌਬ ਗਰੁੱਪ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਹੈੱਡ ਕਾਂਸਟੇਬਲ ਦੇ ਐਡਮਿਟ ਕਾਰਡ ਆ ਚੁੱਕੇ ਨੇ ਤੁਹਾਨੂੰ ਫੁੱਲ ਡਿਟੇਲ ਦੇਵਾਂਗੇ ਜਿਵੇਂ ਕਿ ਕਿਵੇਂ ਡਾਊਨਲੋਡ ਕਰਨ ਦੇ ਨੇ ਜੀ ਵੀ ਕਿਹੜੀ ਪੋਸਟ ਦੀ ਕਿੰਨੀਆਂ ਪੋਸਟਾਂ ਦੀਆਂ ਜੀ ਸਾਰੀ ਡਿਟੇਲ ਦੇਵਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਆਈਡੀ ਤੇ ਪਾਸਵਰਡ ਭਰ ਦੇਣਾ ਜੀ ਤੁਸੀਂ ਠੀਕ ਹੈ ਜੀ ਆਈਡੀ ਪਾਸਵਰਡ ਭਰਨ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਆ ਇਹ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਕਾਂਸਟੇਬਲ ਦੀ ਸਬ ਇਨਸਪੈਕਟਰ ਇਹ ਤਿੰਨੇ ਆਪਸ਼ਨ ਆ ਰਹੀਆਂ ਨੇ ਜੀ ਇਹਦੇ ਵਿੱਚ ਜਿਹੜੀ ਆ ਕਾਂਸਟੇਬਲ ਦੀ ਇਸ ਤੇ ਕਲਿੱਕ ਕਰ ਦੇਣਾ ਜੀ ਤੁਸੀਂ ਠੀਕ ਹੈ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਅਗਲੀ ਆਪਸ਼ਨ ਨਜ਼ਰ ਆਊ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਖੁੱਲ ਜਾਊਗਾ ਜੀ ਉਸ ਤੋਂ ਬਾਅਦ ਆ ਐਡਿਟ ਦੀ ਆਪਸ਼ਨ ਆ ਰਹੀ ਹੈ ਇੱਥੇ ਕਲਿੱਕ ਕਰਨਾ ਹੀ ਤੁਸੀਂ ਠੀਕ ਹੈ ਜੀ ਇਸ ਤੇ ਕਰਨ ਤੋਂ ਬਾਅਦ ਤੁਹਾਨੂੰ ਅੱਗੇ ਨਜ਼ਰ ਆਊਗਾ हां जी ਤੁਸੀਂ ਦੇਖ ਸਕਦੇ ਹੋ ਤੁਹਾਡੀ ਐਪਲੀਕੇਸ਼ਨ ਖੁੱਲ ਜੂਗੀ ਜੀ ਠੀਕ ਹੈ ਜੀ ਕਨਸਟੇਬਲ ਦੀ ਉਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਜੀ ਸਿਰਫ ਆਹ ਲਿਖਿਆ ਹੋਇਆ ਜਿੱਥੇ ਐਡਮਿਟ ਕਾਰਡ ਇਸ ਤੇ ਕਲਿੱਕ ਕਰਨਾ ਹੈ ਜੀ ਤੁਸੀਂ ਇਸ ਤੋਂ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਆ ਡਾਊਨਲੋਡ ਦੀ অপਸ਼ਨ ਆ ਰਹੀ ਹੈ ਜੀ ਇੱਥੇ ਤੁਸੀਂ ਡਾਊਨਲੋਡ ਕਰਕੇ ਡਾਊਨਲੋਡ ਕਰ ਸਕਦੇ ਹੋ ਇਸ ਤਰ੍ਹਾਂ ਐਡਮਿਟ ਕਾਰਡ ਠੀਕ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਜੀ ਹੈੱਡ ਕਨਸਟੇਬਲ ਦੀ ਜਿਹੜੀ ਪੋਸਟ ਸੀ ਜੀ 811 ਪੋਸਟਾਂ ਇਹਦੇ ਐਡਮਿਟ ਕਾਰਡ ਆ ਚੁੱਕੇ ਨੇ ਜੀ ਤੁਸੀਂ ਐਡਮਿਟ ਕਾਰਡ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਕੋਈ ਵੀ ਗੱਲ ਨਹੀਂ ਸਮਝ ਲੱਗਦੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਬਾਕੀ ਇਸ ਵੈਬਸਾਈਟ ਦਾ ਲਿੰਕ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਆਈਡੀ ਪਾਸਵਰਡ ਭਰ ਕੇ ਆਪਦਾ ਐਡਮਿਟ ਕਾਰਡ ਠੀਕ ਹੈ ਜੀ ਭਰ ਡਾਊਨਲੋਡ ਕਰ ਲੈਣਾ ਤੇ ਉਸ ਤੋਂ ਬਾਅਦ ਸਾਨੂੰ ਦੱਸਣਾ ਜੀ ਵੀ ਤੁਹਾਡਾ ਪੇਪਰ ਹੈ ਕਿੱਥੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਰੂਰ ਕਮੈਂਟ ਕਰੋ ਵੀ ਤੁਹਾਡਾ ਪੇਪਰ ਕਿੱਥੇ ਹੈ ਜੀ ਸਬਸਕ੍ਰਾਈਬ ਕਰ ਲਈ ਆਪਣੇ ਚੈਨਲ ਨੂੰ ਧ